ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਮੈਂ ਚੱਲਿਆ ਜਗਰਾਓਂ, ਹੈਗੀ ਆ ਪੂਰਨਮਾਸ਼ੀ, ਅਤੇ ਉੱਥੇ ਜਗਰਾਓਂ ਹੈਗਾ ਗੁਰਦੁਆਰਾ ਨਾਨਕਸਰ ਸਾਹਿਬ, ਅਤੇ ਉੱਥੇ ਪੂਰਨਮਾਸ਼ੀ ਨੂੰ ਅਸੀਂ ਜਾਂਦੇ ਹੁੰਦੇ ਹਾਂ। ਅਤੇ ਅਸੀਂ ਮੈਂ ਕਿਹਾ ਚਲੋ ਇੱਕ ਬਲੌਗ ਬਣਾ ਲੈਂਦੇ ਹਾਂ, ਨਾਲੇ ਤੁਸੀਂ ਵੀ ਦੇਖਿਓ ਵੀਡੀਓ, ਨਾਲੇ ਦੇਖਿਓ ਦਰਸ਼ਨ ਕਰਿਓ। ਘਰਦਿਆਂ ਦੇ ਨਾਲ ਚੱਲਿਆ, ਵੱਜ ਗਏ ਹੁਣ 9 ਵੱਜ ਗਏ। ਪੱਗ ਮੈਂ ਬੰਨ ਲਈ ਹੈ, ਕੱਪੜੇ ਕੁੱਪੜੇ ਪਾ ਲਏ, ਉਹੀ ਚੱਲਦੇ ਹਾਂ। ਫਿਰ ਆਪਾਂ ਮਿਲਦੇ ਹਾਂ ਉੱਥੇ ਗੁਰਦੁਆਰਾ ਸਾਹਿਬ। ਠੀਕ ਹੈ ਜੀ, ਤੁਸੀਂ ਮੇਰੇ ਨਾਲ ਬਣੇ ਰਹੋ ਵੀਡੀਓ 'ਚ। ਠੀਕ ਹੈ ਜੀ, ਓਕੇ। ਹਾਂਜੀ, ਫਾਈਨਲੀ ਮੈਂ ਪਹੁੰਚ ਗਿਆ ਨਾਨਕਸਰ ਸਾਹਿਬ। ਟਾਈਮ ਹੋ ਗਿਆ, ਟਾਈਮ ਪਤਾ ਨਹੀਂ ਕਿੰਨਾ ਹੋ ਗਿਆ, 11 ਵੱਜ ਗਏ ਹੁਣ। ਨਾਨਕਸਰ ਸਾਹਿਬ ਪਹੁੰਚ ਕੇ ਆਇਆ ਮੈਂ, ਬੱਸ 'ਤੇ ਸੀਗਾ, ਭੀੜ ਇੱਥੇ ਕਰੋ ਅਤੇ ਚੱਲਦੇ ਹਾਂ ਜੀ ਫਿਰ ਆਇਓ। ਪੜੋ ਕੀ ਲਿਖਿਆ ਜੇ ਕਿਸੇ ਨੇ ਗੁੜ ਲੈਣਾ ਹੋਇਆ ਤਾਂ ਉਰੇ ਆ ਜਿਓ। ਦੇਖੋ ਜੀ ਕਿੰਨਾ ਰੱਖਿਆ, ਸੁਖਮਨੀ ਸਾਹਿਬ। ਇਹ ਸੀਗਾ ਜੀ ਸੁਖਮਨੀ ਸਾਹਿਬ, ਅਤੇ ਲੰਗਰ ਆਪਾਂ ਦੇਤਾ, ਇਸ਼ਨਾਨ ਕਰ ਰਹੇ ਹਾਂ। ਕਿ ਸਥਾਨ ਸ਼੍ਰੀ ਸੁਖਮਨੀ ਸਾਹਿਬ, ਅਤੇ ਨਾ ਵੀਡੀਓ ਪੋਜ਼ ਕਰਕੇ ਸਾਰਾ ਪੜ੍ਹ ਲਿਓ। ਇਸ਼ਨਾਨ ਤਾਂ ਮੈਂ ਕਰ ਲਿਆ ਹੁਣ, ਹਰਿਆਣਾ ਮੱਥਾ ਟੇਕਣ। ਲਓ ਜੀ ਹੁਣ ਆਪਾਂ ਚੱਲੇ ਹਾਂ ਅੰਦਰ, ਦਿਨ ਹੋ ਰਿਹਾ, ਥੱਲੇ ਭੋਰਾ ਸਾਹਿਬ ਆਦੋ ਚੱਲਦੇ ਹਾਂ ਜੀ। ਭਾਈ ਸਾਹਿਬ ਕਹਿੰਦੇ ਆ ਸਾਵਣ ਦੀ ਜਿੰਦਗੀ ਸਿੱਧ ਮੰਨ ਕੇ ਕਹਿੰਦੇ
ਜਿੱਦਾਂ ਨੂੰ ਮੈਂ ਗੁਰੂ ਮਹਾਰਾਜ ਦੇ ਚਰਨੀ ਪੈਣਾ ਪਿਆ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੈ ਆਏ ਪੀਰ, ਉਹਨਾਂ ਨੇ ਜਨਾਇਆ ਕਿ ਜੋ ਬਲਦਾਨ ਸ਼ਾਹ ਅੰਦਰ ਗਿਆ ਸੀਗਾ ਸੌਦਾ ਸਾਹਿਬ ਮੱਥਾ ਟੇਕਣ, ਉੱਥੇ ਵੀਡੀਓ ਬਣਾਉਣੀ ਆ, ਲਾਓ ਨਹੀਂ ਹੈਗੀ, ਫਿਰ ਮੈਂ ਵੀਡੀਓ ਬਣਾਈ ਨਹੀਂ, ਕਾਫੀ ਸੋਹਣਾ ਸੀਗਾ ਬਣਿਆ, ਪਰ ਉੱਥੇ ਵੀਡੀਓ ਨਹੀਂ ਬਣਾ ਦਿੰਦੇ ਹੈਗੇ। ਸਾਹਿਬ ਰੱਖਤਾ ਸਭ ਦੀ ਲਾਜ, ਆਪ ਸਵਾਰੇ ਸਭ ਦੇ ਕਾਜ, ਇਹ ਕਣਕ ਨਾਲ ਲਿਖਿਆ, ਕਣਕ ਨਾਲ, ਕਣਕ ਕਿ ਚੌਲ, ਜੀਰੀ, ਸੋਰੀ, ਜੀਰੀ ਨਾਲ ਲਿਖਿਆ। ਬਾਬਾ ਜੀ ਦੀ ਕਾਰ ਹੈ ਜੀ, ਸ਼ਾਇਦ ਤੁਹਾਨੂੰ ਦਿਖ ਜੇ। ਹਾਂਜੀ, ਮੱਥਾ ਵੀ ਟੇਕ ਲਿਆ ਜੀ ਅਸੀਂ, ਅਤੇ ਪ੍ਰਸ਼ਾਦਾ ਲੰਗਰ ਵੀ ਛੱਕ ਲਿਆ, ਅਤੇ ਹੁਣ 3:30 ਹੋ ਗਏ, ਦੇਖ ਲਓ ਸਵੇਰੇ 11 ਵਜੇ ਆਇਆ ਸੀਗਾ, 3:30 ਹੋ ਗਏ, ਅਤੇ ਹੁਣ ਬਸ ਚੱਲਦੇ ਹਾਂ ਘਰਾਂ ਨੂੰ, ਅਤੇ ਮੈਂ ਇੱਥੇ ਖੜ੍ਹਾ, ਬਸ ਬੱਸ ਆਉਣ ਵਾਲੀ ਆ, ਅਤੇ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ, ਠੀਕ ਹੈ ਜੀ, ਅਤੇ ਨੈਕਸਟ ਬਲੌਗ ਲੈ ਕੇ ਆਵਾਂਗੇ ਛੇਤੀ। ਤੁਸੀਂ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਵੀ ਕਰ ਦਿਓ, ਅਤੇ ਕਮੈਂਟ ਸੈਕਸ਼ਨ 'ਚ ਵੀ ਲਿਖਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਠੀਕ ਹੈ ਜੀ, ਚਲੋ ਠੀਕ ਹੈ ਜੀ, ਓਕੇ ਜੀ, ਬਾਏ ਬਾਏ।